मनीमाजरा के लोग खस्ताहाल गलियों के कारण परेशान। आने जाने वाले लोगों को काफी ज्यादा समस्या का सामना करना पड़ता है। लगभग पिछले एक साल से इसी तरह मनीमाजरा की गलियां खस्ताहाल व्यवस्था में पड़ी हुई हैं। बारिश के समय स्थानीय लोगों को और गुजरने वाले लोगों को काफी ज्यादा समस्या का सामना करना पड़ता है। चरणजीत सिंह जी, असि पिपली वाला टाउन तो बिलोंग करते हैं। ਇੱਥੇ ਜਿਹੜੀ ਗਲੀਆਂ ਇਹਨਾਂ ਦਾ ਬੜੇ ਹਾਲਤ ਖਰਾਬ ਹੈ। ਇਹ ਪਹਿਲਾਂ ਵੀ ਅਸੀਂ ਰਿਪੇਅਰ ਕਰਵਾਈਆਂ ਗਲੀਆਂ ਆਪਣੇ ਪੈਸੇ ਲਗਾ ਕੇ, ਲੇਕਿਨ ਉਸ ਤੋਂ ਬਾਅਦ ਫਿਰ ਸਮਾਰਟ ਸਿਟੀ ਦੇ ਨਾਂ ਦੇ ਉੱਤੇ ਇਹਨਾਂ ਨੇ ਫਿਰ ਪੱਟ ਦਿੱਤੀਆਂ ਗਲੀਆਂ। ਸਮਾਰਟ ਸਿਟੀ ਤਾਂ ਕੀ ਬਣਨੀ ਹੈ, ਇਹਨਾਂ ਨੇ ਪਹਿਲਾਂ ਜਿਹੜੀ ਸਾਡੀ ਗਲੀਆਂ ਬਣੀਆਂ ਸੀਗੀਆਂ ਉਹ ਵੀ ਪੱਟ ਦਿੱਤੀਆਂ। ਹਾਂਜੀ, ਪਹਿਲਾਂ ਅਸੀਂ ਰਿਪੇਅਰ ਕਰਵਾਈ ਸੀਗੀ ਜੀ, ਉਸ ਤੋਂ ਬਾਅਦ ਫਿਰ ਇਹਨਾਂ ਨੇ ਦੁਬਾਰਾ ਤੋਂ ਪਾਈਪ ਪਾਏ ਹੈ। ਇਹ 6-7 ਮਹੀਨੇ ਹੋ ਗਏ ਜੀ ਇਹ ਜਦੋਂ ਇਹਨਾਂ ਨੇ ਪਾਈਪ ਪਾਏ ਹੋਏ ਆ, ਅਤੇ ਉਸ ਤੋਂ ਬਾਅਦ ਕੋਈ ਦੇਖਣ ਨਹੀਂ ਆਇਆ, ਨਾ ਕੋਈ ਇਹਨਾਂ ਦਾ ਟੈਂਡਰ ਦੱਸਦੇ ਪਏ, ਨਾ ਕੋਈ ਟੈਂਡਰ ਹੋਇਆ, ਨਾ ਕੁਛ ਹੋਰ ਹੈ, ਅਤੇ ਕੰਮ ਨਹੀਂ ਹੋ ਰਿਹਾ ਸਾਡੇ ਇੱਧਰ ਨਾ। ਇਹ ਤਾਂ ਇਹੀ ਕਹਿਣਾ ਚਾਹੋਗੇ ਵੀ ਇੱਧਰ ਥੋੜ੍ਹਾ ਧਿਆਨ ਦਿਓ ਅਤੇ ਜਲਦੀ ਤੋਂ ਜਲਦੀ ਕਰਨ, ਨਾ ਬੱਚੇ ਖੇਡ ਸਕਦੇ ਨੇ ਇੱਥੇ ਗਲੀਆਂ ਦੇ ਵਿੱਚ, ਨਾ ਬਜ਼ੁਰਗਾਂ ਨੂੰ ਵੀ ਦਿੱਕਤ ਆਉਂਦੀ ਹੈ ਤੁਰਦੇ ਹੋਏ ਸੱਟਾਂ ਵੱਜਦੀਆਂ। ਦੇ ਵਿੱਚ ਗਲੀਆਂ ਜਿਹੜੀਆਂ ਨਾ ਗੌਰਮੈਂਟ ਨੇ ਪਾਈਪ ਤਾਂ ਪਾ ਦਿੱਤੇ ਆ, ਪਰ ਬੱਚੇ ਜਿਹੜੇ ਆ ਵੱਡੇ ਬੱਚੇ ਬਜ਼ੁਰਗ ਸਾਰੇ ਡਿੱਗ ਡਿੱਗ ਕੇ ਜਿਹੜੇ ਉਹਨਾਂ ਦੇ ਸੱਟਾਂ ਚੋਟਾਂ ਲੱਗਦੀਆਂ ਆ, ਪਤਾ ਨਹੀਂ ਇਹਨਾਂ ਨੇ ਕਦੋਂ ਠੀਕ ਕਰਨੀਆਂ ਇਹ ਵਾਲੀਆਂ ਗਲੀਆਂ। 6 ਮਹੀਨੇ ਹੋ ਹੀ ਚੱਲੇ ਆ, 6 ਮਹੀਨੇ ਹੋ ਚੱਲੇ, ਬੁਰਾ ਹਾਲ ਹੈ। ਕਿਸੇ ਦੇ ਗੋਡਿਆਂ 'ਤੇ ਸੱਟਾਂ ਲੱਗਦੀਆਂ, ਕਿਸੇ ਦੇ ਕਿਤੇ ਲੱਗਦੀਆਂ। ਹਾਂਜੀ, ਗਲੀਆਂ ਦਾ ਇਤਨਾ ਬੁਰਾ ਹਾਲ ਆ, ਪਿੱਛੇ ਪਾਈਪ ਦੇ ਨਾਂ ਦੇ ਉੱਤੇ ਵੀ ਸਮਾਰਟ ਸਿਟੀ ਦੀਆਂ ਪਾਈਪਾਂ ਜਿਹੜੀਆਂ ਪਾਣੀ ਦੀਆਂ ਉਹ ਪਾਣੀਆਂ ਉਹ ਪਾਈਆਂ, ਔਰ ਗਲੀਆਂ ਨੂੰ ਪੱਟ ਕੇ ਸੱਟ ਗਏ। ਮੁੜ ਕੇ ਕੋਈ ਰਿਪੇਅਰ ਕਰਨ ਵਾਲਾ ਜਿਹੜਾ ਉਹ ਬਾਤ ਪੁੱਛਣ ਨਹੀਂ ਆਇਆ। ਵਾਰ ਵਾਰ ਅਧਿਕਾਰੀਆਂ ਨੂੰ ਜੋ ਬੇਨਤੀ ਕੀਤੀ ਗਈ ਆ ਵੀ ਇਹਨਾਂ ਗਲੀਆਂ ਦੇ ਬਾਰੇ, ਸਾਡੇ ਬਾਰੇ ਦੇ ਵਿੱਚ ਕੋਈ ਸੋਚਿਆ ਜਾਵੇ, ਪਰ ਕਿਸੇ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਅਸੀਂ ਪ੍ਰਸ਼ਾਸਨ ਨੂੰ ਫਿਰ ਬੇਨਤੀ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਹਨਾਂ ਗਲੀਆਂ ਦਾ ਜਿਹੜਾ ਵਾ ਉਹ ਮੁਰੰਮਤ ਜਾਂ ਜੋ ਵੀ ਟਾਈਲਾਂ ਲੱਗਣੀਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ, ਤਾਂ ਕਿ ਬਜ਼ੁਰਗਾਂ ਨੂੰ, ਬੱਚਿਆਂ ਨੂੰ ਜਾਂ ਹੋਰ ਬਿਮਾਰ ਸ਼ਮਾਰ ਜੋ ਲੋਕ ਆ ਉਹਨਾਂ ਨੂੰ ਕੋਈ ਦੁੱਖ ਤਕਲੀਫਾਂ ਆ ਰਹੀਆਂ ਜਿਹੜੀਆਂ ਉਹ ਨਾ ਆਉਣ। ਸਮਾਰਟ ਸਿਟੀ ਜੇ ਬਣਾਉਣਾ ਤਾਂ ਇਹ ਤੁਰੰਤ ਕਾਰਵਾਈਆਂ ਹੋਣੀਆਂ ਚਾਹੀਦੀਆਂ, ਨਾ ਕਿ ਡਿਲੇਅ ਹੋਣੀ ਚਾਹੀਦੀ ਆ। ਸੁਖਵਿੰਦਰ ਕੌਰ ਹੈ ਜੀ। ਆ ਗਲੀਆਂ ਤਾਂ ਦੂਸਰੀ ਵਾਰ ਪੱਟੀ ਹੈ ਜੀ, ਇੱਕ ਵਾਰ ਠੀਕ ਕਰਾ ਲਈ ਅਸੀਂ ਆਪਣੇ ਆਪ, ਫਿਰ ਦੂਸਰੀ ਵਾਰ ਫਿਰ ਹੀ ਨਹੀਂ ਪੱਟ ਕੇ ਪੈਪ ਪਾਤੇ ਜੀ ਦੂਸਰੀ ਵਾਰ, ਦੋ ਵਾਰ। ਹਾਂਜੀ, 6 ਮਹੀਨੇ ਹੋ ਗਏ ਜੀ। ਅਫਸਰਾਂ ਕਹਿੰਦੇ ਜੀ ਹੱਥ ਜੋੜ ਕੇ ਬੇਨਤੀ ਆ ਠੀਕ ਕਰ ਦੇਣ ਸਾਡੀਆਂ ਗਲੀਆਂ, ਹਾਂਜੀ ਛੇਤੀ ਠੀਕ ਕਰ ਦੇਣ ਜੀ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅਰਥ ਪ੍ਰਕਾਸ਼ ਟੀਵੀ ਔਰ ਬੈਲ ਆਇਕਨ ਦਬਾਨਾ ਨਾ ਭੁਲੇਂ।